ਇਦੋਂ ਪਹਿਲਾਂ ਵਾਲਿਆਂ ਦੀਆਂ ਨੀਤਾਂ ਮਾੜੀਆਂ ਸੀ, ਬੜਾ ਕੁਛ ਸਮਾਨ ਨਿਕਲ ਰਿਹਾ, ਆਉਣ ਵਾਲੇ ਦਿਨਾਂ ਚ ਤੁਸੀਂ ਧਮਾਕੇ ਅਲਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਸਕੂਲ ਮੇਰਾ। ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ, ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ। ਬਿਹਤਰ ਅਨੁਭਵ, ਵਿਦਿਆ ਮਿਆਰੀ, ਮਾਨ ਪੰਜਾਬ ਦਾ ਸਕੂਲ ਸਰਕਾਰੀ। ਦੇਖੋਗੇ ਵਾਹ, ਆਪਦੇ ਆਪ ਨੂੰ ਖਾਨਦਾਨੀ ਕਹਾਉਣ ਵਾਲੇ ਕਿਵੇਂ ਸਰਕਾਰਾਂ ਦੀਆਂ ਪਾਵਰਾਂ ਵਰਤ ਕੇ ਆਪ ਸਹੂਲਤਾਂ ਘਰ ਵਾਸਤੇ ਲਈਆਂ ਹੋਈਆਂ ਨੇ, ਪੰਜਾਬ ਦੇ ਕਿਸੇ ਘਰ ਵਾਸਤੇ ਨਹੀਂ, ਆਪਦੇ ਘਰਾਂ ਵਾਸਤੇ, ਆਪਦੇ ਬਿਜ਼ਨਸਾਂ ਵਾਸਤੇ ਸਹੂਲਤਾਂ ਸਰਕਾਰ ਤੋਂ। ਸਮਾਨ ਕੱਢ ਰਹੇ ਹਾਂ, ਦੋ ਚਾਰ ਦਿਨਾਂ 'ਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਿਵੇਂ ਕੀ ਹੋਇਆ। ਇਹਨਾਂ ਨੇ ਨਿੰਦਣਾ ਹੀ ਨਿੰਦਣਾ ਮੈਨੂੰ, ਜਦੋਂ ਸਾਰੇ MLA ਦੀਆਂ ਪੈਨਸ਼ਨਾਂ 6-6 ਪੈਨਸ਼ਨਾਂ ਕਈ ਲੈਂਦੇ ਸੀ, 6 ਪੈਨਸ਼ਨਾਂ ਜਦੋਂ MLA ਬਣ ਗਏ ਨਾ, ਇੱਕ ਪਹਿਲੀ ਵਾਰ 75,000 ਰੁਪਈਆ ਉਹਦੀ, ਮਤਲਬ ਪਹਿਲਾਂ ਤਾਂ ਤਨਖਾਹ ਹੈ ਉਹਦੀ, ਜੇ ਇੱਕ ਵਾਰ ਬਣ ਕੇ ਦੁਬਾਰਾ ਨਹੀਂ ਬਣਿਆ 75,000 ਰੁਪਈਆ ਉਹਦੀ ਪੈਨਸ਼ਨ ਹੈ ਸਾਰੀ ਉਮਰ ਦੀ। ਜੇ ਉਹ 2 ਵਾਰੀ MLA ਬਣ ਗਿਆ ਫਿਰ ਉਹਦੀ ਤਨਖਾਹ ਮਿਲੀ ਜਾਊਗੀ। ਫਰਜ਼ ਕਰ ਲਓ ਉਹ 5 ਵਾਰੀ MLA ਬਣ ਗਿਆ ਤੇ 6ਵੀਂ ਵਾਰੀ ਜਾਂ ਹਾਰ ਗਿਆ ਜਾਂ ਉਹਦੀ ਪਾਰਟੀ ਨੇ ਟਿਕਟ ਨਹੀਂ ਦਿੱਤੀ, ਤਾਂ ਪਤਾ ਉਹਨੂੰ ਕਿੰਨੇ ਪੈਸੇ ਮਿਲਦੇ 5 ਵਾਰ ਵਾਲੇ? 3.25 ਲੱਖ। ਬਾਦਲ ਸਾਹਿਬ 8 ਵਾਰੀ ਜਿੱਤੇ, ਐਤਕੀ ਹਾਰ ਗਏ। ਤੁਹਾਨੂੰ ਪਤਾ ਉਹਨਾਂ ਦੀ ਪੈਨਸ਼ਨ ਕਿੰਨੀ ਬਣਦੀ ਹੈ? 4.25 ਲੱਖ। ਕਈਆਂ ਨੂੰ ਤਾਂ ਹਾਰ ਕੇ ਫਾਇਦਾ ਸੀ ਵੀ ਵੱਧ ਮਿਲਣਗੇ, 4.25 ਲੱਖ ਪੈਨਸ਼ਨ ਯਾਰ, ਹਰ ਵਾਰ ਦੀ ਪੈਨਸ਼ਨ। ਲੋਕ ਤਨਖਾਹ ਨੂੰ ਤਰਸ ਜਾਂਦੇ, ਲੋਕ ਬੁਢਾਪਾ ਪੈਨਸ਼ਨ ਨੂੰ ਤਰਸ ਜਾਂਦੇ। ਆਉਣ ਸਾਰ ਮੈਂ ਤਾਂ ਕਿ ਸਿੱਧਾ ਕਹਿਤਾ, ਇੱਕ ਮਿਲੂਗੀ ਲੈਣੀ ਹੈ ਲਓ, ਨਹੀਂ ਮੈਂ ਇਹਦੇ ਵੀ ਕਾਟਾ ਮਾਰ ਦੂ, ਕਹਿੰਦੇ ਚਲੇ ਨਾ, ਇੱਕ ਤੜਕ ਲੈ, ਇੱਕ ਤੜਕ। ਮੈਂ ਕਿਹਾ ਹੁਣ ਤਾਂ ਹੱਥ ਬੰਨ ਕੇ ਜਾਂਦੇ ਹੋ, ਲੋਕਾਂ 'ਚ ਸੇਵਾ ਦਾ ਮੌਕਾ ਦਿਓ ਜੀ, ਤੇ ਸੇਵਾ ਦੀ ਪੈਨਸ਼ਨ ਥੋੜ੍ਹੀ ਹੁੰਦੀ ਹੈ? ਸੇਵਾ ਦੀ ਪੈਨਸ਼ਨ ਮਿਲੀ ਕਦੇ? ਊਂ ਤਾਂ ਕਹਿੰਦੇ ਰਾਜ ਨਹੀਂ ਸੇਵਾ, ਊਂ 5-5 ਲੱਖ ਪੈਨਸ਼ਨ ਲੈਣੀਆਂ ਨੇ। ਆਉਣ ਸਾਰ ਕੀਤਾ ਕੰਮ, ਉਦੋਂ ਬਾਅਦ ਇਹਨਾਂ ਨੂੰ ਐਂ ਲੱਗਿਆ ਵੀ ਇਹ ਤਾਂ ਆਰਾ ਧਰ ਲਿਆ ਨੇ, ਤਾਂ ਹੁਣ ਮੈਂ ਕਿਹਾ ਆ ਜਾਓ ਫਿਰ। ਹੁਣ ਤੱਕ ਅਸੀਂ 11,000 ਏਕੜ ਦੇ ਲਗਭਗ ਜ਼ਮੀਨ, ਜਿਹੜੀ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਜਾਂ ਪੋਲੀਟੀਕਲ ਲੀਡਰਾਂ ਦੇ ਕੋਈ ਖਾਸ ਬੰਦਿਆਂ ਤੋਂ ਜਾਂ ਲੀਡਰਾਂ ਤੋਂ ਜਿਹੜੀ ਸ਼ਾਮਲਾ ਟਾਈਮ ਜ਼ਮੀਨ ਛੱਡਵਾ ਚੁੱਕੇ ਹਾਂ। 11,000 ਏਕੜ ਦੱਬ ਰੱਖੀ। ਸੋ ਅੱਜ ਹਸਪਤਾਲ ਦਾ ਉਦਘਾਟਨ ਕੀਤਾ, 45 ਬਣਾਉਣੇ ਨੇ, 37 ਮੈਂ ਬਸ ਅਗਲੇ ਆਉਣ ਵਾਲੇ ਦਿਨਾਂ 'ਚ ਹੋਰ ਕਰ ਦਿਆਂਗੇ ਪੂਰੇ। ਬਜਟ ਆਊਗਾ, ਬਜਟ ਦੇ ਵਿੱਚ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਲੋਕਾਂ 'ਤੇ ਕੋਈ ਭਾਰ ਨਾ ਪਵੇ। ਟੈਕਸ ਜਿੰਨਾ ਤੁਸੀਂ ਦੇਈ ਜਾਂਦੇ ਹੋ, ਜੇ ਇਹੀ ਟੈਕਸ ਤੁਹਾਨੂੰ ਵਾਪਸ ਮਿਲਣ ਲੱਗ ਜਾਏ ਉਹ ਵੀ ਬਹੁਤ ਹੈ। ਜਿੰਨਾ ਟੈਕਸ ਤੁਸੀਂ ਦਿੰਦੇ ਹੋ ਬਸ ਉਹ ਸਹੀ ਤਰੀਕੇ ਨਾਲ ਪਹੁੰਚ ਜੇ, ਪਹੁੰਚ ਕੇ ਲੱਗ ਜੇ ਪਬਲਿਕ 'ਤੇ। MP ਸਾਹਿਬ ਸਾਡੇ, ਉਹਨਾਂ ਦਾ 5 ਕਰੋੜ ਰੁਪਈਆ ਇੱਕ ਸਾਲ ਦਾ ਬਣਦਾ ਹੈ। ਸਾਡੇ ਰਾਜ ਸਭਾ ਦੇ MP ਨੇ, ਉਹਨਾਂ ਦਾ 5-5 ਕਰੋੜ ਰੁਪਏ ਇੱਕ ਸਾਲ ਦਾ, ਉਹ ਤਾਂ ਸਾਰੇ ਪੰਜਾਬ 'ਚ ਦੇ ਸਕਦੇ ਨੇ।
ਜਿਹੜਾ ਐਮ ਪੀ ਹੈ ਲੋਕ ਸਭਾ ਦਾ ਉਹ ਤਾਂ ਆਪਦੇ ਹਲਕੇ 'ਚ ਦੇ ਸਕਦਾ, ਪਰ ਜਿਹੜਾ ਰਾਜ ਸਭਾ ਉਹ ਸਾਰੇ ਪੰਜਾਬ 'ਚ ਦੇ ਸਕਦਾ। ਸੋ ਅਸੀਂ ਕੋਈ ਐਸੀ ਚੀਜ਼ ਨਹੀਂ ਛੱਡਣੀ ਕਿ ਪੈਸੇ ਕਰਕੇ ਆ ਚੀਜ਼ ਰਹਿ ਗਈ ਅਤੇ ਲੋਕਾਂ ਨੂੰ ਸਹੂਲਤ ਨਹੀਂ ਮਿਲੀ। ਇੱਥੇ ਟ੍ਰੈਫਿਕ ਦੀ ਸਮੱਸਿਆ, ਕਿਉਂਕਿ ਇਤਿਹਾਸਕ ਸ਼ਹਿਰ ਹੈ, ਵੀਰਵਾਰ ਨੂੰ ਮੇਲੇ ਲੱਗਦੇ ਆ ਫਕੀਰਾਂ ਦੇ, ਐਤਵਾਰ ਨੂੰ ਬਹੁਤ ਰਸ਼ ਹੁੰਦਾ, ਲੱਖ ਦੇ ਕਰੀਬ ਬੰਦਾ ਹੁੰਦਾ ਮੈਨੂੰ ਦੱਸਿਆ ਮੈਡਮ ਐਮ ਐਲ ਏ ਸਾਹਿਬਾਂ ਨੇ। ਉਹ ਟ੍ਰੈਫਿਕ ਵਾਸਤੇ ਵੀ ਅਸੀਂ ਟ੍ਰੈਫਿਕ ਪੁਲਿਸ ਖਾਸ ਤੌਰ 'ਤੇ ਅਤੇ ਨਾਲ ਉਹਨਾਂ ਨੂੰ ਵਾਹਨ, ਅੱਜ ਵੀ 410 ਸਕੋਰਪੀਓ ਗੱਡੀਆਂ ਅਤੇ ਦੂਜੀਆਂ ਵੱਡੀਆਂ ਗੱਡੀਆਂ ਫਲੋਰ ਦੀ ਅਕੈਡਮੀ 'ਚ ਪੰਜਾਬ ਪੁਲਿਸ ਨੂੰ ਦੇਖਿਆ ਹੈ। ਨਵੀਆਂ ਐਸ ਐਚ ਓ ਨੂੰ ਮਿਲਣਗੀਆਂ ਉਹ ਜਿਹੜੀਆਂ ਗੱਡੀਆਂ ਮਿਲਣਗੀਆਂ, ਜਦੋਂ ਮੈਨੂੰ ਕਹਿੰਦੇ ਜੀ 410 ਗੱਡੀਆਂ ਨੇ, ਮੈਂ ਕਿਹਨੂੰ ਦੇਣੀਆਂ, ਕਹਿੰਦੇ ਪੁਲਿਸ ਨੂੰ, ਮੈਂ ਪੁਲਿਸ ਦੇ ਵਿੱਚੋਂ ਦੱਸੋ ਕਿਹਨੂੰ ਦੇਣੀਆਂ ਨੇ, ਮੈਂ ਕਿਹਾ ਐਸ ਐਚ ਓ ਨੂੰ ਦਿਓ ਨਵੀਂ ਗੱਡੀ, ਕਿਉਂਕਿ ਭਜਾਉਣੀ ਤਾਂ ਉਹਨੂੰ ਪੈਂਦੀ ਹੈ ਨਾ ਕਿਸੇ ਨਾ ਕਿਸੇ ਦੇ ਮਗਰ, ਕੋਈ ਸਮਗਲਰ ਆ ਗਿਆ, ਕੋਈ ਗੋਲੀ ਚਲਾ ਕੇ ਭੱਜ ਗਿਆ, ਕੋਈ ਚੈਨੀ ਖੋ ਕੇ ਭੱਜ ਗਿਆ, ਗੱਡੀ ਤਾਂ ਉਹਨੂੰ ਭਜਾਉਣੀ ਪਊ ਨਾ ਐਸ ਐਚ ਓ ਨੂੰ। ਇਹ ਕੀ ਕਰਦੇ ਜੀ, ਗੱਡੀ ਪਹਿਲਾਂ ਤਾਂ ਐਸ ਪੀ ਨੂੰ ਦੇ ਦਿੰਦੇ ਸੀ, ਉਹ ਖਚੜਾ ਜੀ ਕਰਕੇ ਡੀ ਐਸ ਪੀ ਨੂੰ ਫੜਾ ਦਿੰਦਾ ਸੀ, ਉਹ ਹੋਰ ਰੱਚੜ ਜੀ ਕਰਕੇ ਅੱਗੇ ਥੱਲੇ ਹੋਰ ਥੋੜੇ ਅਫਸਰ ਨੂੰ। ਜਦੋਂ ਤੱਕ ਐਸ ਐਚ ਓ ਕੋਲ ਗੱਡੀ ਪਹੁੰਚਦੀ ਸੀ, ਚਾਰ ਬੰਦੇ ਧੱਕਾ ਲਾਉਂਦੇ ਸੀ, ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ, ਮਗਰਲਾ ਬੰਪਰ ਕਿਸੇ ਹੋਰ ਮਾਡਲ ਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਕੀ ਹੈ। ਉਹ ਮੈਂ ਕਿਹਾ ਗੱਡੀਆਂ ਨਵੀਆਂ ਇੱਧਰੋਂ ਤਹਾਂ ਨੂੰ ਦੇਣੀਆਂ ਸ਼ੁਰੂ ਕਰੋ, ਉਹਨਾਂ ਨੇ ਆਪਦੇ ਮੈਂ ਸਮੂਹ ਵਾਸਤੇ ਰੱਖੇ ਹੁੰਦੇ ਸੀ ਗੱਡੀਆਂ ਵੱਡੇ ਅਫਸਰਾਂ ਨੇ, ਕੋਈ ਜਵਾਕਾਂ ਨੂੰ ਛੱਡਣ ਵਾਸਤੇ ਰੱਖੀ ਹੈ ਗੱਡੀ। ਉਹ ਮੈਂ ਕਿਹਾ ਇਹ ਕੰਮ ਬੰਦ ਕਰੋ, ਥੱਲੇ ਦਿਓ ਜਿੱਥੇ ਪੁਲਿਸ ਨੂੰ ਚਾਹੀਦੀਆਂ। ਅੱਜ 410 ਗੱਡੀਆਂ ਜਿਹੜੀਆਂ ਦੇ ਕੇ, ਤਾਂ ਕਿ ਤੁਹਾਡੀ ਜਾਨ ਮਾਲ ਦੀ ਰਾਖੀ ਕਰ ਸਕੀਏ, ਤੁਹਾਨੂੰ ਸੁਖੀ ਜੀਵਨ ਬਤੀਤ ਹੋਣ ਕਰਨ ਦਾ ਮੌਕਾ ਮਿਲੇ। ਸਰਕਾਰਾਂ ਦਾ ਇਹੀ ਕੰਮ ਹੁੰਦਾ, ਹੋਰ ਕੀ ਹੁੰਦਾ? ਸਰਕਾਰਾਂ ਦਾ ਕੰਮ ਲੁੱਟਣਾ ਥੋੜ੍ਹੀ ਹੁੰਦਾ ਕਿ ਹੁਣ ਮੈਂ ਮੁੱਖ ਮੰਤਰੀ ਬਣ ਗਿਆ, ਲਿਆਓ ਵੀ ਇੱਧਰਲੇ ਪਾਸੋਂ ਵੀ ਲਿਆਓ ਵੀ ਇੱਧਰਲੇ ਪਾਸੋਂ ਵੀ ਲਿਆਓ ਵੀ, ਗੱਲ ਨਹੀਂ ਬਾਤ ਨਹੀਂ ਯਾਰ। ਇਹ ਤੋਂ ਪਹਿਲਾਂ ਇੱਦਾਂ ਕਰਦੇ ਰਹੇ, ਉਹ ਕੈਪਟਨ ਸਾਹਿਬ ਨੇ ਕੁੰਡੇ ਨਹੀਂ ਖੋਲਿਆ, ਉਹਨਾਂ ਨੇ ਮਹਿਲ ਦਾ ਕੁੰਡੇ ਨਹੀਂ ਖੋਲਿਆ 5 ਸਾਲ। ਆਮ ਬੰਦਿਆਂ ਵਾਸਤੇ ਤਾਂ ਛੱਡੋ, ਆਪਦੇ ਐਮ ਐਲ ਏ ਵਾਸਤੇ ਨਹੀਂ ਖੋਲਿਆ ਕੁੰਡਾ, ਮਹਿਲ ਦਾ ਅੰਦਰੋਂ ਕੁੰਡਾ ਲਾ ਲਿਆ, ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ। 2022 ਚ ਲੋਕਾਂ ਨੇ ਉਸੇ ਮਹਿਲ ਦਾ ਕੁੰਡਾ ਬਾਹਰੋਂ ਲਾਤਾ, ਜਦੋਂ ਕਹਿੰਦੇ ਲੋਕਾਂ ਕੋਲ ਜਾਣਾ ਚੱਲੀਏ, ਜਦੋਂ ਕੁੰਡਾ ਖੋਲਣ ਲੱਗੇ ਕਹਿੰਦੇ ਬਾਹਰੋਂ ਬੰਦ ਹੈ, ਕੌਣ ਕਰਦੇ? ਕਹਿੰਦੇ ਲੋਕ ਕਰਦੇ। ਤਾਂ ਹੁਣ ਜੇ ਤੁਸੀਂ ਲੋਕਾਂ ਕੋਲ ਨਹੀਂ ਜਾਓਗੇ, ਲੋਕ ਤੁਹਾਡੇ ਕੋਲ ਕਿਉਂ ਆਉਣਗੇ? ਵੀ ਠੇਕਾ ਲਿਆ ਤੁਹਾਡਾ, ਰਜਿਸਟਰੀ ਕਰਾਈਏ। ਸੋ ਇਸ ਕਰਕੇ ਮੈਂ ਤਾਂ ਇਸ ਗੱਲ ਦਾ ਪਹਿਲਾਂ ਕੈਸਟਾ ਸੀਡੀਆਂ 'ਚ ਵੀ ਕਰਦਾ ਸੀ, ਸਿਸਟਮ 'ਤੇ ਸਟਾਇਰ ਕਰਦਾ ਸੀ ਕਿ ਆਪਣਾ ਸਿਸਟਮ ਜਿਹੜਾ ਠੀਕ ਹੋਣਾ ਚਾਹੀਦਾ, ਸਿਸਟਮ ਠੀਕ ਹੋ ਗਿਆ ਸਾਰਾ ਕੁਝ ਠੀਕ ਹੋ ਜੂਗਾ। ਤੁਹਾਡਾ ਇਲਾਕਾ ਐਨ ਆਰ ਆਈ ਇਲਾਕਾ, ਜ਼ਿਆਦਾਤਰ ਬਹੁਤ ਸਾਰੇ ਲੋਕ ਬਾਹਰ ਮੈਨੂੰ ਮਿਲਦੇ ਵੀ ਨੇ, ਦੋਸਤ ਵੀ ਨੇ, ਬਹੁਤ ਇਲਾਕਾ ਤੁਹਾਡਾ ਬਾਹਰ ਗਿਆ। ਤੁਸੀਂ ਪੁੱਛ ਲਓ ਜਾ ਕੇ ਉੱਥੇ ਕਿਉਂ ਜਾਂਦੇ ਆਪਾਂ, ਕਿਉਂਕਿ ਸਿਸਟਮ ਹੈ ਉਹਨਾਂ ਕੋਲ। ਉਹ ਤਾਂ ਉੱਥੇ ਜਿਹੜਾ ਅਮੀਰ ਹੈ ਉਹਨੂੰ ਵੀ ਰੋਟੀ ਮਿਲਦੀ ਹੈ, ਜਿਹੜਾ ਗਰੀਬ ਹੈ ਉਹਨੂੰ ਵੀ ਉਹਦੇ ਬਰਾਬਰ ਦੀ ਰੋਟੀ ਮਿਲਦੀ ਹੈ। ਉੱਥੇ ਕੰਮ ਕਰਨਾ ਪੈਂਦਾ ਸਭ ਨੂੰ, ਜਦੋਂ ਮਰਜ਼ੀ ਤੁਸੀਂ ਫੋਨ ਕਰ ਲਿਓ, ਕਿੱਥੇ ਹੋ? ਕੰਮ 'ਤੇ ਹਾਂ। ਕਿੱਥੇ ਹੋ? ਕੰਮ ਤੋਂ ਆ ਰਹੇ ਹਾਂ। ਹੁਣ ਕਿੱਥੇ ਹੋ? ਕੰਮ 'ਤੇ ਜਾ ਰਹੇ ਹਾਂ। ਸੋ ਇੱਥੇ ਆਪਣੇ ਕੀ ਕਰਤਾ ਸੀ ਹਾਲਾਤ, ਇਹਨਾਂ ਨੇ ਨੌਜਵਾਨਾਂ ਨੂੰ ਮੰਜ਼ਿਲ ਲੈਸ, ਏਮਲੈਸ ਬਣਾਤਾ ਸੀ, ਕੋਈ ਮੰਜ਼ਿਲ ਨਹੀਂ। ਹੁਣ ਨੌਜਵਾਨ ਮੁੰਡੇ ਵਧੀਆ ਪੱਗ ਪੁੱਗ ਬੰਨ ਕੇ ਜਾ ਜੇ, ਵਧੀਆ ਜਲ ਜੁਲ ਲਾ ਲਈ, ਉਹ ਤੋਂ ਬਾਅਦ ਗੱਡੀ ਵੀ ਸਟਾਰਟ ਕਰ ਲਈ, ਗੱਡੀ ਸਟਾਰਟ ਕਰਕੇ ਬੈਕ ਗੇਅਰ ਪਾ ਲਿਆ ਘਰੋਂ, ਬੈਕ ਗੇਅਰ ਪਾ ਕੇ ਕਲੱਚ ਛੱਡਤਾ, ਗੱਡੀ ਬੈਕ ਹੋਣ ਲੱਗ ਗਈ। ਉਦੋਂ ਤੱਕ ਪਤਾ ਨਹੀਂ ਹੁੰਦਾ ਸੀ ਵੀ ਜਾਣਾ ਕਿੱਥੇ ਹੈ,
ਫਿਰ ਫੋਨ ਕਰਦੇ ਸੀ ਗੁਰਮੇਲ ਕਿੱਥੇ ਆ, ਇੱਧਰ ਇੱਧਰ ਹੀ ਬੈਠਾ, ਚੱਲ ਮੈਂ ਆਇਆ ਤੇਰੇ ਕਰੀ ਇੱਧਰ, ਉਹ ਆ ਗਿਆ ਤੂੰ ਕਿੱਥੇ, ਚੱਲੀਏ ਭੂਆ ਦੇ ਮੁੰਡੇ ਦਾ ਵਿਆਹ ਕਿੱਥੇ, ਕਾਰਡ ਦੇਣ ਜਾਣਾ ਉੱਧਰ ਸੁਲਤਾਨਪੁਰ ਲੋਧੀ ਕਨੀ, ਚੱਲ ਚੱਲੀਏ ਚੱਲ ਚੱਲ, ਸੂਰਜ ਛਪਾਉਂਦੇ ਫਿਰਦੇ ਰਹਿੰਦੇ ਸੀ ਬਸ। ਹੁਣ ਅਸੀਂ ਉਹਨਾਂ ਨੂੰ ਨੌਕਰੀਆਂ ਦੇ ਰਹੇ ਹਾਂ। ਕੱਲ੍ਹ ਪਰਸੋਂ ਤੁਸੀਂ ਦੇਖਿਆ ਹੋਣਾ ਸਮਾਗਮ, ਪਰਸੋਂ 457 ਜਿਹੜੀ ਨੌਕਰੀ ਦਿੱਤੀ, ਉਹ ਤੋਂ ਬਾਅਦ 40,000 ਤੋਂ ਵੱਧ ਸਰਕਾਰੀ ਨੌਕਰੀਆਂ ਹੋ ਗਈਆਂ ਜੀ, 40,000। ਕੋਈ ਪਟਵਾਰੀ ਲੱਗ ਗਿਆ, ਕੋਈ SDO ਲੱਗ ਗਿਆ, ਕੋਈ ਪੁਲਿਸ ਦੇ ਵਿੱਚ ਇੰਸਪੈਕਟਰ, ਮੁੰਡੇ ਕੁੜੀਆਂ ਸਭ ਨੂੰ ਨੌਕਰੀ ਮਿਲ ਰਹੀ ਹੈ। ਔਰ ਨੌਕਰੀ ਮਿਲ ਰਹੀ ਹੈ ਸਿਰਫ ਨੰਬਰਾਂ 'ਤੇ ਆਧਾਰਿਤ, ਕੋਈ ਸਿਫਾਰਿਸ਼ ਨਹੀਂ। ਇੱਕ ਬੰਦਾ ਖੜਾ ਹੋ ਕੇ ਕਹਿੰਦੇ ਪੰਜਾਬ 'ਚੋਂ ਕਿ ਆਹ ਨੌਕਰੀ ਲੈਣ ਲਈ ਮੈਨੂੰ 1 ਰੁਪਇਆ ਦੇਣਾ ਪੈ ਗਿਆ ਜਾਂ ਮੈਨੂੰ ਸਿਫਾਰਿਸ਼ ਲਗਾਉਣੀ ਪੈ ਗਈ। ਨੋ, ਜਾਂ ਕੋਈ ਇਹੋ ਜਿਹਾ ਮੁੰਡਾ ਕੁੜੀ ਹੋ ਜੇ ਕਿ 700 ਨੰਬਰਾਂ ਦਾ ਪੇਪਰ ਸੀ, ਮੇਰੇ 680 ਆਏ ਸੀ, 550 ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਉਹਦਾ ਕਿਸੇ ਮੰਤਰੀ ਨਾਲ ਜਾਂ MLA ਨਾਲ ਪਿਆਰ ਸੀ ਉਹਦੇ ਬਾਪੂ ਦਾ, ਅਤੇ ਉਹ ਲਵਾ ਗਿਆ ਸਿਫਾਰਿਸ਼ ਨੂੰ। ਨੋ, ਇੱਦਾਂ ਨਹੀਂ ਹੋਊਗਾ। ਭਾਵੇਂ ਇੱਕ ਘਰ 'ਚ 3 ਕਰ ਲਓ, ਇੱਕ ਘਰ 'ਚ ਦੋ ਦੋਵੇਂ ਨੌਕਰੀਆਂ ਮਿਲੀਆਂ ਨੇ, ਦੋਨੇ ਭੈਣ ਭਾਈਆਂ ਨੇ ਪੜ੍ਹਾਈ ਕੀਤੀ, ਦੋਨਾਂ ਦਾ ਨਾਮ ਆ ਗਿਆ, ਮੈਰਿਜ ਦੋ ਦੇ ਦਿਨ। ਸੋ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਇਸ ਇਤਿਹਾਸਿਕ ਧਰਤੀ 'ਤੇ ਕਿ ਬਹੁਤ ਸਾਰਾ ਕੁਝ ਦੱਸਤਾ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ, ਸਾਡੇ ਵੱਲੋਂ ਤਾਂ ਕੋਈ ਅਸੀਂ ਕਮੀ ਨਹੀਂ ਰੱਖਾਂਗੇ ਤੁਹਾਡੀ ਸੇਵਾ 'ਚ। ਬਾਕੀ ਤੁਹਾਡੀ ਤੁਸੀਂ ਕਿਹੜਾ ਕੋਈ ਰੱਖੀ ਆ, ਜੇ ਤੁਸੀਂ ਦਿਲ ਖੋਲ੍ਹ ਕੇ ਵੋਟਾਂ ਪਾਈਆਂ ਤਾਂ ਫਿਰ ਸਾਡਾ ਕੰਮ ਵੀ ਤਾਂ ਫਿਰ ਦਿਲ ਖੋਲ੍ਹ ਕੇ ਹੋਣਾ ਚਾਹੀਦਾ। ਇੱਕ ਹੋਰ ਜਿਹੜੀ ਸਕੀਮ ਸ਼ੁਰੂ ਕੀਤੀ ਹੈ ਆਮ ਆਦਮੀ ਪਾਰਟੀ ਸਰਕਾਰ ਤੁਹਾਡੇ ਦੁਆਰ, ਮੈਂ ਪਹਿਲੇ ਦਿਨ ਉਹ ਕਿਹਾ ਜੀ, ਕਹਿੰਦਾ ਸੀ ਯਾਰ ਵੋਟਾਂ ਤੋਂ ਪਹਿਲਾਂ ਵਾਲੇ ਭਾਸ਼ਣਾਂ 'ਚ ਵੀ ਕਹਿੰਦਾ ਸੀ ਵੀ ਆਹ ਦਫ਼ਤਰਾਂ 'ਚ ਸਾਡੇ ਬਜ਼ੁਰਗ ਜਿਹੜੇ ਖੱਜਲ ਖੁਆਰ ਹੁੰਦੇ ਨੇ, ਖੱਜਲ ਖੁਆਰੀਆਂ ਖਤਮ ਕਰ ਦੂੰਗਾ। ਉੱਥੇ ਜਾ ਕੇ ਧੱਕੇ ਖਾਂਦੇ ਆ, ਪਾਤਰ ਸਾਹਿਬ ਦਾ ਸ਼ੇਰ ਹੈ, ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ, ਸ਼ਹਿਰ 'ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇੱਕ ਸਵਾਰੀ। ਪਿੰਡ 'ਚ ਕਹਿੰਦਾ ਕਹਾਉਂਦਾ ਜ਼ਿਮੀਦਾਰ ਹੁੰਦਾ, ਸ਼ਹਿਰ 'ਚ ਆ ਕੇ ਕੁਛ 82 ਵੀ ਝਿੜਕ ਦਿੰਦਾ, ਉਹ ਬੁੜਿਆ ਪਿੱਛੇ ਕਿੱਧਰ ਮੂੰਹ ਚੱਕਿਆ, ਰੋਜ਼ ਆ ਜਾਂਦੇ ਬੁੱਧਵਾਰ ਨੂੰ ਆਈ ਸਾਹਿਬ, ਹੈ ਨਹੀਂ ਵੀਰਵਾਰ ਨੂੰ ਆਈ, ਉਹ ਬੁੱਧਵਾਰ ਅਤੇ ਵੀਰਵਾਰ ਆਉਂਦੇ ਹੀ ਨਹੀਂ, ਅਸਲ 'ਚ ਬੁੱਧਵਾਰ ਅਤੇ ਵੀਰਵਾਰ ਨਹੀਂ ਹੁੰਦੇ, ਅਸਲ 'ਚ ਉਹਨਾਂ ਦਾ ਮਤਲਬ ਹੁੰਦਾ ਬੁੱਧਵਾਰ ਨੂੰ ਆਈ ਅਤੇ ਕੁਛ ਲਿਆਈ, ਜੇ ਨਹੀਂ ਲਿਆਂਦਾ ਫਿਰ ਵੀਰਵਾਰ ਨੂੰ ਆਈ ਪਰ ਕੁਛ ਲਿਆਈ। ਉਹ ਆਈ ਅਤੇ ਲਿਆਈ ਵਾਲਾ ਕੰਮ ਬੰਦ ਕਰਨ ਲੱਗਿਆ। ਹੁਣ ਤੁਹਾਡੇ ਪਿੰਡਾਂ 'ਚ ਪਿੰਡ ਬੋਲਾਂ ਪਿੱਪੜਾਂ ਥੱਲੇ ਪਿੱਪੜਾਂ ਥੱਲੇ ਆ ਕੇ ਤੁਹਾਡੀਆਂ ਰਜਿਸਟਰੀਆਂ ਹੋਣਗੀਆਂ, ਤੁਹਾਡੇ ਆਧਾਰ ਕਾਰਡ ਦੇ ਕੰਮ ਹੋਣਗੇ, ਤੁਹਾਡੇ ਜਾਤੀ ਸਰਟੀਫਿਕੇਟ, ਤੁਹਾਡੇ ਜਿਹੜਾ ਕੰਮ ਹੋਊਗਾ ਤੁਹਾਡੇ ਪਿੰਡ 'ਚ ਅਨਾਊਂਸਮੈਂਟ ਕਰਕੇ ਪਹਿਲਾਂ ਅਫਸਰ ਆਉਣਗੇ ਤੁਹਾਡੇ ਆਲੇ ਦੁਆਲੇ। ਮੈਂ ਕਹਿੰਦਾ ਕੁਰਸੀਆਂ ਛੱਡੋ, ਮੈਂ ਕਿੰਨਾ ਚਿਰ ਬਹਿਣਾ, ਮੈਂ ਤਾਂ ਤੁਰੇ ਹੀ ਰਹਿਣਾ, ਰੋਜ਼ ਕੁਰਸੀਆਂ 'ਤੇ ਬੈਠੇ ਰਹਿੰਦੇ ਆ, ਅੱਡੇ ਅੱਡੀਆਂ ਕੁਰਸੀਆਂ ਨੇ, ਚਿੱਟੇ ਰੰਗ ਦੇ ਤੌਲੀਏ ਰੱਖ ਲੈਂਦੇ, ਉੱਥੇ ਤੌਲੀਏ ਪਤਾ ਨਹੀਂ ਕਾਹਦੇ ਵਾਸਤੇ ਰੱਖਦੇ ਆ, ਹੈ ਨਾ, ਬੈਠੇ ਰਹਿੰਦੇ ਨੇ, ਮਸ ਟਰ ਆਇਆ ਜੀ ਚਾਹ, ਲਿਆ ਵੀ ਜੂਸ, ਲੋਕ ਤਾਂ ਨਹੀਂ ਹੈਗੇ, ਲੋਕ ਹੈਗੇ ਨੇ ਫਿਰ ਪਿਛਲੇ ਦਰਵਾਜ਼ੇ 'ਚ ਵੀ ਚੱਲੀਏ, ਚਲੋ ਸ਼ਾਬਾਸ਼, ਲੋਕਾਂ ਤੋਂ ਮਿਲਣਾ ਹੀ ਨਹੀਂ, ਇਹ ਕਿਹੜੀ ਗੱਲ ਹੋ ਗਈ ਵੀ ਪਬਲਿਕ ਸਰਵੈਂਟ ਹੋ ਤੁਸੀਂ, ਲੋਕਾਂ ਦੇ ਸੇਵਕ ਹੋ ਤੁਸੀਂ, ਲੋਕਾਂ ਦੇ ਮਾਲਕ ਬਣ ਕੇ ਬਹਿ ਗਏ, ਇਹ ਨਹੀਂ ਹੋ ਸਕਦਾ ਲੋਕਤੰਤਰ 'ਚ। ਸੋ ਤੁਹਾਡੇ ਨਾਲ ਹਾਂ, ਤੁਹਾਡੇ ਵਰਗਿਆਂ ਅਸੀਂ ਰਹਾਂਗੇ, ਤੁਸੀਂ ਦੇਖ ਲਓ ਆ ਸਾਡੇ ਬੈਠੀ ਸਾਰੀ ਲੀਡਰਸ਼ਿਪ, ਮੈਡਮ ਥਿਆੜਾ ਬੈਠੇ ਨੇ, ਸਾਰੇ ਸਾਡੀ ਟੀਮ ਬੈਠੀ ਹੈ, ਕੋਈ ਲੱਗਦਾ ਤੁਹਾਨੂੰ ਕੋਈ ਪੋਲੀਟੀਕਲ ਬੈਕਗ੍ਰਾਉਂਡ ਵਾਲਾ, ਕੋਈ ਤੁਹਾਡੇ ਵਰਗੇ ਆ, ਤੁਹਾਡੇ ਘਰਾਂ 'ਚੋਂ ਨਿਕਲੇ ਆ, ਮੈਨੂੰ ਦੇਖ ਲਓ, ਤੁਸੀਂ ਇੱਕ ਆਮ ਪਿੰਡ 'ਚੋਂ ਉੱਠ ਕੇ ਕਲਾਕਾਰੀ 'ਚ ਆ ਗਏ, ਤੁਸੀਂ ਬਹੁਤ ਪਿਆਰ ਦਿੱਤਾ, ਜੇ ਮੈਂ ਚਾਹੁੰਦਾ ਪੈਸੇ ਬਹੁਤ ਕਮਾਈ ਜਾਂਦਾ ਉੱਧਰ, ਮੈਨੂੰ ਕੀ ਲੋੜ ਸੀਗੀ ਪੰਗਾ ਲੈਣ ਦੀ ਇਹਨਾਂ ਨਾਲ,
ਪਰ ਫਿਰ ਐਂ ਥੋੜ੍ਹੀ ਹੁੰਦਾ ਕਿ ਆਪਣੀਆਂ ਅੱਖਾਂ ਸਾਹਮਣੇ ਅਸੀਂ ਪੰਜਾਬ ਨੂੰ ਮਰਦਾ ਦੇਖੀ ਜਾਈਏ ਅਤੇ ਆਪ ਅਸੀਂ ਕੌਮੇਡੀ ਕੈਸਟਾਂ ਕੱਢੀ ਜਾਈਏ। ਹੱਸੂਗਾ ਕਿਵੇਂ? ਹੱਸ ਵੀ ਉਦੋਂ ਚੰਗੇ ਲੱਗਦੇ ਨੇ ਚੁੱਲ੍ਹੇ 'ਚ ਅੱਗ ਮੱਚਦੀ ਹੋਵੇ, ਚੁੱਲ੍ਹੇ ਤੋਂ ਅੱਗ ਬੁਝੀ ਪਈ ਹੈ। ਇਸ ਕਰਕੇ ਆਏ ਪੰਜਾਬ ਦੀ ਰਾਜਨੀਤੀ 'ਚ ਵੀ ਚਲੋ ਜੇ ਇਹ ਨਹੀਂ ਚੱਜਦੇ ਨਿਕਲਦੇ ਚਲੋ ਆਪਾਂ ਹੀ ਕਰਕੇ ਦੇਖ ਲੈਂਦੇ ਹਾਂ, ਜੇ ਇਹ ਚੱਜਦੇ ਨਿਕਲ ਹੁੰਦੇ ਅਸੀਂ ਕੀ ਕਰਨਾ ਹੁੰਦੇ ਇੱਧਰ। ਅਰਵਿੰਦ ਕੇਜਰੀਵਾਲ IRS ਅਫਸਰ ਹੈ, ਇਨਕਮ ਟੈਕਸ ਦਾ ਕਮਿਸ਼ਨਰ ਹੈ, ਉਹਦੀ ਘਰਵਾਲੀ ਵੀ IRS ਅਫਸਰ ਹੈ, ਇਨਕਮ ਟੈਕਸ ਦੇ ਕਮਿਸ਼ਨਰ ਨੇ ਦੋਨੇ ਮੀਆਂ ਬੀਬੀ, ਬੜੀ ਵਧੀਆ ਜ਼ਿੰਦਗੀ ਜਿਉਂ ਸਕਦੇ ਸੀ। ਉਹਨੂੰ ਕੀ ਲੋੜ ਸੀ ਇੱਥੇ ਆਲੋਚਨਾ ਕਰਾਉਣ ਦੀ? ਰੋਜ਼ ਗਾਲਾਂ ਕੱਢੀ ਜਾਂਦੇ ਰਹਿੰਦੇ ਉਹਨੂੰ, ਰੋਜ਼ ED ਦੇ ਸਾਹਮਣੇ ਆ ਜਾਂਦੇ ਆ, ਉਹਨੂੰ ਕੀ ਲੋੜ ਸੀ? ਲੋੜ ਤਾਂ ਸੀ, ਇਹ ਪਾਰਟੀਆਂ ਚੱਜਦੀਆਂ ਨਹੀਂ ਨਿਕਲੀਆਂ, ਇਹਨਾਂ ਨੇ ਬਰਬਾਦ ਕਰਕੇ ਰੱਖਤਾ ਮੁਲਕ ਦਾ, ਭੱਠਾ ਬਿਠਾਤਾ ਇਹਨਾਂ ਨੇ। ਅੰਗਰੇਜ਼ ਉਹਨਾਂ ਨਹੀਂ ਲੁੱਟ ਕੇ ਗਏ 200 ਸਾਲ ਜਿਹਨਾਂ ਸਾਡੇ ਵਾਲੇ 70 ਸਾਲ ਲੁੱਟੀ ਬੈਠੇ ਨੇ। ਅੰਗਰੇਜ਼ ਵੀ ਸ਼ਰਮਿੰਦਾ ਹੋਣਗੇ ਵੀ ਸਾਥੋਂ ਨਹੀਂ ਉਹਨਾਂ ਕੰਮ ਹੋਇਆ ਜਿੰਨਾ ਆਪ ਹੀ ਕਰੀ ਜਾਂਦੇ ਹੈਗੇ ਆਪਦਾ। ਫਿਰ 23-23 ਸਾਲ ਦੇ ਜਵਾਨ ਆ ਗਦਰੀ ਬਾਬੇ, ਬਿਲਕੁਲ ਗਦਰੀ ਬਾਬਿਆਂ ਦੇ, ਉਹ ਆਏ ਉੱਥੋਂ ਲੈ ਕੇ ਜਹਾਜ਼ਾਂ ਦੇ ਜਹਾਜ਼ ਭਰ ਕੇ। ਕਾਹਦੇ ਵਾਸਤੇ ਆਏ? ਆਜ਼ਾਦੀ ਲੈਣ ਵਾਸਤੇ, ਕਿ ਆ ਕੇ ਇੱਥੇ ਲੁੱਟੀ ਜਾਣਗੇ ਲੋਕਾਂ ਨੂੰ। ਸ਼ਹੀਦ ਆਜ਼ਮ ਭਗਤ ਸਿੰਘ 23 ਸਾਲ ਦੀ ਉਮਰ, ਕਰਤਾਰ ਸਿੰਘ ਸਰਾਭਾ 350 ਏਕੜ ਜ਼ਮੀਨ ਦਾ ਮਾਲਕ ਆ, ਸਰਾਭਾ ਪਿੰਡ ਹੈ ਲੁਧਿਆਣੇ ਦੇ ਜੜਾਂ 'ਚ। ਜਾਂ ਜਿਹਦੀ ਕੀਮਤ ਲਾਉਣੀ ਹੋਵੇ ਜੀਰੋ ਲਿਖਣੀਆਂ, ਜੀਰੋ ਲਿਖਦੇ ਲਿਖਦੇ ਥੱਕ ਜਾਓਗੇ, ਇੰਨੀ ਕੀਮਤ ਹੈ। ਬਰਕਲੇ ਯੂਨੀਵਰਸਿਟੀ ਕੈਲੀਫੋਰਨੀਆ ਤੋਂ ਪਾਇਲਟ ਦਾ ਕੋਰਸ ਕਰ ਲਿਆ ਸੀ ਅਤੇ 19 ਸਾਲ ਦੀ ਉਮਰ 'ਚ ਫਾਂਸੀ ਹੋ ਗਈ। ਇਸ ਕਰਕੇ 19 ਸਾਲ ਦੀ ਉਮਰ 'ਚ ਫਾਂਸੀ ਚੜੇ ਸੀ ਵੀ ਆਹ ਦਿਨ ਦੇਖਣ, ਆਹ ਯਾਦੀ ਦੋਣੀ ਸੀ ਵੀ ਲੋਕਾਂ ਨੂੰ ਲੁੱਟੀ ਜਾਓ ਤੁਸੀਂ, ਕਦੇ ਦਫ਼ਤਰਾਂ 'ਚ ਲੁੱਟ ਲਏ, ਕਦੇ ਕਿਤੇ ਲੁੱਟ ਲਏ, ਸੜਕ 'ਤੇ ਜਿੱਥੇ ਪੁਲਿਸ ਨੇ ਨਾਕਾ ਲਾਇਆ ਥੋੜ੍ਹ ਥੱਪੜ ਮਾਰਿਆ, ਕੁਛ ਨਾ ਘਰ ਵਾਲੀ ਹੈ ਨਾਲ ਬੱਚੇ ਨੇ, ਕੋਈ ਨਹੀਂ ਦੇਖਦੇ ਵੀ ਕੋਈ ਕਿਸੇ ਦੀ ਮਾਣ ਇੱਜ਼ਤ ਵੀ ਹੁੰਦਾ। ਇਹ ਆਜ਼ਾਦੀ ਲੈ ਕੇ ਦਿੱਤੀ ਭਗਤ ਸਿੰਘ ਹੋਰਾਂ ਨੇ ਸਾਨੂੰ, ਇਹ ਬੰਦ ਹੋਊਗਾ, ਲੋਕਾਂ ਦੀ ਇੱਜ਼ਤ ਮਾਣ ਸਤਿਕਾਰ ਸ਼ੁਰੂ ਹੋਊਗਾ। ਪਹਿਲੇ ਦਿਨ ਮੈਂ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਹੁਣ ਹੋਇਆ ਨਾ, 92 ਸੀਟਾਂ ਤੁਸੀਂ ਦਿੱਤੀਆਂ ਨੇ ਅਤੇ ਇਹ ਹੁਣ ਜਿਹੜੀ ਸਰਕਾਰ ਹੈ ਇਹ ਲੋਕਾਂ ਦੀ ਇੱਜ਼ਤ ਅਤੇ ਮਾਣ ਸਤਿਕਾਰ ਬਹਾਲ ਕਰੂਗੀ। ਗਰੀਬਾਂ ਦੇ ਸਕੂਲ ਹੀ ਹੋਰ ਨੇ, ਅਮੀਰਾਂ ਦੇ ਸਕੂਲ ਹੋਰ ਨੇ। ਗਰੀਬਾਂ ਦਾ ਸਿਲੇਬਸ ਹੀ ਹੋਰ ਹੈ, ਅਮੀਰਾਂ ਦਾ ਸਿਲੇਬਸ ਹੋਰ ਹੈ। ਗਰੀਬਾਂ ਦੇ ਹਸਪਤਾਲ ਹੋਰ ਨੇ, ਗਰੀਬਾਂ ਦੇ ਹਸਪਤਾਲ ਹੋਰ ਨੇ। ਕੀ ਗੱਲ ਵੀ, ਜਿਉਣ ਦਾ ਤਾਂ ਸਾਰਿਆਂ ਨੂੰ ਹੱਕ ਹੈ, ਪੜ੍ਹਨ ਪੜ੍ਹਾਈ ਤਾਂ ਘੱਟੋ ਘੱਟ ਇੱਕੋ ਜਿਹੀ ਹੋਵੇ। ਮੋਦੀ ਜੀ ਰੋਜ਼ ਕਹਿੰਦੇ ਆ ਵਨ ਨੇਸ਼ਨ ਵਨ ਇਲੈਕਸ਼ਨ, ਇੱਕ ਦਿਨ ਇਹ ਵੀ ਕਹਿ ਦਿਓ ਜਨਾਬ ਵਨ ਨੇਸ਼ਨ ਵਨ ਐਜੂਕੇਸ਼ਨ, ਇੱਕੋ ਜਿਹੀ ਪੜ੍ਹਾਈ ਸਾਰੇ ਦੇਸ਼ 'ਚ। ਨੰਬਰ ਘੱਟ ਵੱਧ ਆ ਜਾਣ ਚਲੋ, ਬੱਚੇ ਦੀ ਮਿਹਨਤ 'ਤੇ ਡਿਪੈਂਡ ਹੈ, ਪਰ ਘੱਟੋ ਘੱਟ ਸਿਲੇਬਸ ਤਾਂ ਇੱਕੋ ਜਿਹਾ ਹੋਵੇ। ਪਰ ਉਹ ਕਿਉਂ ਕਹਿਣ, ਉਹ ਤਾਂ ਆਪ ਨਹੀਂ ਕਦੇ ਐਜੂਕੇਸ਼ਨ ਵਾਲੇ ਪਾਸੇ ਗਏ। ਪੇਪਰ ਕਿਵੇਂ ਦੇਣੇ ਨੇ ਇਹ ਸਮਝਾਈ ਜਾਂਦੇ ਹੁੰਦੇ ਨੇ, ਮੈਂ ਕਿਹਾ ਆਪ ਕਦੇ ਦਿੱਤੇ ਸੀ ਬੱਚਿਆਂ ਨੂੰ? ਕਹਿੰਦੇ ਅੱਜ ਮੋਦੀ ਜੀ ਪੇਪਰ ਦੇਣੇ ਸਿਖਾਉਣਗੇ, ਮੈਂ ਕਿਹਾ ਆਪ ਦਿੱਤੇ ਕਦੇ? ਮੈਂ ਤਾਂ ਪਾਰਲੀਮੈਂਟ 'ਚ ਕਹਿਤਾ ਸੀ ਮੈਂ ਨਹੀਂ, ਮੈਂ ਤਾਂ ਸਿੱਧੀ ਬੋਲਦਾ ਹੁਣ, ਕੈਸਟਾਂ ਸੀਡੀਆਂ 'ਚ ਵੀ ਨਹੀਂ ਬੋਲਦਾ ਸੀ ਮੈਂ ਤਾਂ। ਜਦੋਂ ਹੋਵੇ ਨਾ ਮੈਨੂੰ ਕੋਈ ਡਰ ਹੋਵੇ, ਮੈਂ 1 ਰੁਪਈਆ ਖਾਧਾ ਹੋਵੇ, ਮੈਨੂੰ ED ਦਾ ਡਰ ਹੋਵੇ, ਮੈਨੂੰ ਕੋਈ ਮੇਰੇ 'ਤੇ ਆਹ ਲਾ ਦੇਣਗੇ ਸੀਵੇਜ ਲਾ ਲਓ, ਕੀ ਲਾਓ ਲੱਭੋਗੇ? ਮੈਂ ਤਾਂ ਪਾਰਲੀਮੈਂਟ 'ਚ ਬੋਲਦਾ ਸੀ, ਮੈਂ ਕਿਹਾ 15 ਲੱਖ ਕੀ ਰਕਮ ਲਿਖਤਾ ਹੂੰ ਤੋ ਸਿਆਹੀ ਸੁੱਖ ਜਾਤੀ ਹੈ, ਕਾਲੇ ਧਨ ਕੇ ਬਾਰੇ ਮੈਂ ਸੋਚਤਾ ਹੂੰ ਤੋ ਕਲਮ ਰੁਕ ਜਾਤੀ ਹੈ। ਹਰ ਬਾਤ ਹੀ ਜੁਮਲਾ ਨਿਕਲੀ, ਮੋਦੀ ਜੀ ਅਬ ਤੋ ਇਹ ਵੀ ਸ਼ੱਕ ਹੈ ਕਿ ਚਾਹ ਬਣਾਉਣੀ ਆਤੀ ਹੈ, ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਈ, ਮਾਰੇ ਗੱਪ ਮਾਰਿਆ ਹੋਈ ਯਾਰ, ਜੋ ਲੱਗਦਾ ਏਡੇ ਏਡੇ ਗੱਪ ਮਾਰ ਯਾਰ, ਕੋਈ ਤਾਂ ਸੱਚ ਬੋਲੋ ਦੇਸ਼ ਦੇ ਲੋਕਾਂ ਨਾਲ ਯਾਰ, ਕੋਈ ਤਾਂ ਸੱਚ ਬੋਲੋ ਕਦੇ, ਧਰਮ ਦੇ ਨਾਂ 'ਤੇ, ਨਫ਼ਰਤ ਦੇ ਨਾਂ 'ਤੇ।
ਵੋਟਾਂ ਲੈਣੀਆਂ ਬਸ। ਆਮ ਆਦਮੀ ਪਾਰਟੀ ਹੈ, ਕੰਮ ਦੇ ਨਾਂ ਤੇ ਵੋਟਾਂ ਮੰਗਦੀ ਹੈ। ਜਦੋਂ ਮੈਂ 14 ਚ ਖੜਾ ਹੋਇਆ ਸੀ, ਜਦੋਂ ਮੈਂ 14 ਚ ਮੈਂ ਜਦੋਂ ਇਲੈਕਸ਼ਨ ਜਿੱਤਿਆ ਉੱਥੋਂ ਸੰਗਰੂਰ ਤੋਂ, ਤਾਂ ਮੈਂ ਫੋਟੋ ਏਦਾਂ ਖਿਚਾਈ ਸੀ, ਇਸ ਤਰ੍ਹਾਂ ਫੋਟੋ ਖਿਚਾਈ ਸੀ ਹੱਥ ਬੰਨ ਕੇ, ਤੇ ਮੈਂ ਨਾਲ ਨਾਲ ਇਹ ਕਹਿ ਵੀ ਰਿਹਾ ਸੀ, ਨਾਲ ਨਾਲ ਮੈਂ ਕਹਿ ਵੀ ਰਿਹਾ ਸੀ ਕਿ ਭਾਈ ਐਤਕੀ ਤਾਂ ਮੈਨੂੰ ਹੱਥ ਬੰਨ ਕੇ ਅਪੀਲ ਕਰਨ ਵਾਸਤੇ ਫੋਟੋ ਖਿਚਾਉਣੀ ਪੈ ਗਈ ਕਿ ਮੈਨੂੰ ਇੱਕ ਮੌਕਾ, ਬੈਠੇ ਜੀ ਮੈਂ ਗੱਲ ਕਰਾਂ ਬਾਅਦ 'ਚ, ਬੈਠੋ, ਕਿ ਮੈਨੂੰ ਇੱਕ ਮੌਕਾ ਦਿਓ, ਮੈਨੂੰ ਹੱਥ ਬੰਨ ਕੇ ਫੋਟੋ ਖਿਚਾਉਣੀ ਪੈ ਗਈ, ਅਪੀਲ ਕਰਨੀ ਪੈ ਗਈ। ਪਰ ਜੇ 5 ਸਾਲਾਂ ਬਾਅਦ ਦੁਬਾਰੇ ਫਿਰ ਮੈਨੂੰ ਹੱਥ ਬੰਨ ਕੇ ਫੋਟੋ ਖਿਚਾਉਣੀ ਪੈ ਗਈ, ਫਿਰ ਲੱਖ ਲਾਣ ਤਾਂ ਮੇਰੀ ਰਾਜਨੀਤੀ ਯਾਰ। 5 ਸਾਲ ਮੈਂ ਕੀਤਾ ਕੀ ਫਿਰ? ਅਗਲੀ ਵਾਰ ਕੰਮਾਂ ਤੇ ਮਿਲਗੂ, ਮੈਂ ਕਿਹਾ ਹੱਥ ਨਹੀਂ ਬੰਨਦਾ। 19 ਦੇ ਵਿੱਚ ਐ ਫੋਟੋ ਖਿਚਾਈ ਸੀ ਏਦਾਂ, ਫਿਰ ਜਿਤਾਏ ਸੀ ਲੱਖਾਂ ਤੇ ਲੋਕਾਂ ਨੇ। ਇਹ ਹਰ ਵਕਤੀ ਜਦੋਂ ਦੀ ਸੁਰਤ ਸੰਭਾਲੀ ਆ, ਇੱਕ ਮੌਕਾ ਹੋਰ ਦੇ ਦਿਓ ਜੀ। ਤੁਰਿਆ ਜਾਂਦਾ ਨਹੀਂ, 4 ਬੰਦੇ ਇੱਧਰੋਂ ਫੜਦੇ ਆ, 4 ਇੱਧਰੋਂ ਚੱਕ ਕੇ ਸਟੇਜ ਤੇ ਲੈ ਕੇ ਜਾਂਦੇ, ਜਾਣ ਸਾਰ ਕਹਿੰਦਾ ਇੱਕ ਮੌਕਾ ਹੋਰ, ਉਹ ਬਸ ਕਰੋ ਯਾਰ। ਉਹ ਅਸੀਂ ਮੌਕੇ ਦਿੰਦੇ ਦਿੰਦੇ ਥੱਕ ਗਏ ਹੋਏ, ਤੁਸੀਂ ਨਹੀਂ ਥੱਕੇ ਲੁੱਟ ਲੁੱਟ ਕੇ। ਸੋ ਇਸ ਕਰਕੇ ਕੇਜਰੀਵਾਲ ਇੱਕ ਐਸਾ ਲੀਡਰ, ਮੈਂ ਆਪਣੀ ਜ਼ਿੰਦਗੀ 'ਚ ਇੱਦਾਂ ਦਾ ਨਹੀਂ ਦੇਖਿਆ ਕਦੇ। ਪਹਿਲਾਂ 2020 ਦੀਆਂ ਇਲੈਕਸ਼ਨਾਂ ਸੀ ਦਿੱਲੀ ਦੀਆਂ, 2 ਮਹੀਨੇ ਵੋਟਾਂ 'ਚ ਰਹਿੰਦੇ ਸੀ, ਬਸ ਟੀਵੀ 'ਤੇ ਆ ਕੇ ਕਹਿਤਾ ਦਿੱਲੀ ਵਾਲੋ, ਅਗਰ ਮੇਰੇ 4.5 ਸਾਲ ਕੇ ਕਾਮ ਅੱਛੇ ਲੱਗੇ ਤੋ ਵੋਟ ਦੇ ਦੇਣਾ, ਵਰਨਾ ਮੁਝੇ ਵੋਟ ਮਤ ਦੇਣਾ। ਆਹ ਗੱਲ ਕਹਿਣ ਵਾਸਤੇ ਜਿਗਰਾ ਚਾਹੀਦਾ, ਜਿਗਰਾ ਚਾਹੀਦਾ, ਜਿਗਰਾ ਇਹ ਕਹਿ ਕੇ ਦਿਖਾਉਣ ਵੀ ਸਾਡੇ ਕੰਮਾਂ ਤੇ ਵੋਟ, ਕੰਮ ਤਾਂ ਕੀਤਾ ਨਹੀਂ ਕੋਈ, ਕੰਮ ਤਾਂ ਕੀਤਾ ਹੀ ਨਹੀਂ ਕੋਈ, ਲੁੱਟਿਆ ਬਸ। ਉਹ ਕੋਈ ਦਾ ਢਾਬਾ ਚੱਲਦਾ ਉਹ ਦੱਬ ਲਓ, ਕਿਸੇ ਦੀ ਬੱਸ ਭਰੀ ਜਾਂਦੀ ਉਹ ਰੂਟ ਲੈ ਲਓ, ਉਹ ਕੋਈ ਰੇਤੇ ਦੀਆਂ ਖੱਡਾਂ ਸਾਡੀਆਂ, ਸ਼ਰਾਬਾਂ ਦੇ ਠੇਕੇ ਸਾਡੇ, ਪਤਾ ਨਹੀਂ ਤਾਂ ਧਰਮਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਪੈਸੇ ਤਾਂ ਆ ਸਕਦੇ ਨੇ ਨਾਲ, ਉਹ ਚਿੱਠੀ ਨਾਲ ਲਿਖਾਈ ਫਿਰਦੇ ਹੋਣ ਕਿਤੇ ਧਰਮਰਾਜ ਤੋਂ, ਨਕਲੀ, ਉਹ ਵੀ ਨਕਲੀ ਲਿਖਾਉਣਗੇ, ਹੋਰ ਤਾਂ ਕਿੱਥੋਂ ਲਿਖਾਉਣਗੇ। ਰੱਬ ਤਾਂ ਇਹਨਾਂ ਦੇ ਨੇੜੇ ਹੀ ਲੱਗਦਾ ਹੋਣਾ, ਰੱਬ ਵੀ ਕਹਿੰਦਾ ਹੋਣਾ ਜੇ ਮੈਂ ਨੇੜੇ ਗਿਆ ਮੈਨੂੰ ਵੇਚ ਕੇ ਖਾ ਜਾਣੇ, ਵੇਚ ਹੀ ਰਹੇ ਆ, ਰੱਬ ਦੇ ਨਾਂ ਤੇ ਵੀ ਤਾਂ ਖਾ ਹੀ ਰਹੇ ਆ, ਧਰਮ ਦੇ ਨਾਂ ਤੇ ਵੀ ਖਾ ਹੀ ਰਹੇ ਆ। ਕੋਈ ਨੀ, ਉਹ ਹੈਗਾ ਤਾਂ ਨੀਲੀ ਛਤਰੀ ਵਾਲਾ, ਨਾ ਲੱਤ ਮਾਰਦਾ ਨਾ ਕਸੁੰਨ ਮਾਰ, ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ। ਹੁਣ ਮੱਤ ਵੱਜੀ ਪਈ ਹੈ, ਅਕਾਲੀ ਦਲ ਲੜਾਈ ਸ਼ੁਰੂ ਕਰ ਲਈ, ਪੰਜਾਬ ਬਚਾਓ ਯਾਤਰਾ, ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ 20 ਕੁ ਮਹੀਨੇ ਪਹਿਲਾਂ, ਹੋਰ ਕੀ ਤੋਂ ਬਚਾਈਏ, ਹੁਣ ਤੁਸੀਂ ਤਾਂ ਮਾਰਨ ਵਾਲੇ ਉਹਨੂੰ, ਪੰਜਾਬ ਬਚਾਓ ਕਹਿੰਦੇ। ਹਾਂ ਹਾਂ, ਅਸਲ 'ਚ ਉਹ ਪੰਜਾਬ ਬਚਾਓ ਨਹੀਂ ਹੈਗਾ, ਉਹ ਪਰਿਵਾਰ ਬਚਾਓ ਯਾਤਰਾ ਹੈ, ਵੀ ਸਾਡਾ ਪਰਿਵਾਰ ਬਚਾਓ, ਮਜੀਠੇ ਤੋਂ ਸ਼ੁਰੂ ਕਰ ਲਿਆ, ਇੱਥੇ ਮੇਰਾ ਸਾਲ ਹੈ ਉਹਨੂੰ ਬਚਾਓ, ਫਿਰ ਕੈਰੋ ਚਲੇ ਗਏ ਕਹਿੰਦੇ ਇੱਥੇ ਸਾਡਾ ਭਾਈ ਹੈ ਉਹਨੂੰ ਬਚਾਓ, ਫਿਰ ਫਿਰੋਜ਼ਪੁਰ ਲੰਘ ਗਏ ਕਹਿੰਦੇ ਇੱਥੋਂ ਮੈਂ ਹੁੰਦਾ MP ਮੈਨੂੰ ਬਚਾਓ, ਫਿਰ ਬਠਿੰਡੇ ਲੈ ਗਏ ਕਹਿੰਦੇ ਇੱਥੇ ਭਾਈ ਹਰਸਿਮਰਤ ਕੌਰ ਹੈ ਉਹਨੂੰ ਬਚਾਓ। ਕੀ ਗੱਲ ਵੀ, ਅਸੀਂ ਆਪਦੇ ਪਰਿਵਾਰ ਤਾਂ ਉਜਾੜਤੇ, ਸਾਡੇ ਪਰਿਵਾਰ ਉਜਾੜ ਕੇ ਆਪਦੇ ਪਰਿਵਾਰ ਬਚਾਉਣ ਦੀ ਸਾਡੀ ਗਰੰਟੀ ਲੈਂਦੇ ਹੋ, ਸਾਨੂੰ ਰਜਿਸਟਰੀ ਕਰਾਈਏ, ਅਸੀਂ ਪਰਿਵਾਰ ਬਚਾਈਏ, ਕਿਉਂ ਬਚਾਈਏ? ਮੱਤ ਵੱਜੀ ਹੋਈ ਉਹਨਾਂ ਨੇ, ਮੱਤ ਵੱਜੀ ਹੋਈ। ਸੋ ਇਹਨਾਂ ਨੂੰ ਮੂੰਹ ਨਾ ਲਾਇਓ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਸਾਡੇ ਕੋਲ, ਮੈਂ ਦੇਖ ਲਓ 22 ਮਹੀਨੇ ਹੋ ਗਿਆ 16 ਤਰੀਕ ਨੂੰ ਨਾ,
ਸਾਲ ਹੋ ਜੂ ਆਪਾਂ ਨੂੰ, 2 ਸਾਲ ਹੋ ਜਾਣਗੇ। 2 ਸਾਲਾਂ 'ਚ ਕਦੇ ਤੁਸੀਂ ਮੇਰੇ ਮੂੰਹੋਂ ਸੁਣਿਆ? ਮੈਂ ਰੋਜ਼ ਕਿਤੇ ਨਾ ਕਿਤੇ ਹੁੰਦਾ, ਕਦੇ ਵੀ ਇੱਕ ਵਾਰੀ ਮੇਰੇ ਮੂੰਹੋਂ ਕਦੇ ਭਾਸ਼ਣ ਜਾਂ ਕਿਤੇ ਪ੍ਰੈਸ ਕਾਨਫਰੰਸ 'ਚ ਮੇਰੇ ਮੂੰਹ ਸੁਣਿਆ ਕਿ ਖਜ਼ਾਨਾ ਖਾਲੀ ਹੈ? ਨਾ, ਕਿਉਂ ਖਾਲੀ ਹੈ ਬਈ? ਲੋਕਾਂ ਵਾਸਤੇ ਕਦੇ ਖਜ਼ਾਨਾ ਨਹੀਂ ਖਾਲੀ ਹੁੰਦਾ, ਬੰਦੇ ਦੀ ਨੀਅਤ ਖਾਲੀ ਹੁੰਦੀ ਹੈ। ਇਹਨੇ ਨੀਤਾਂ ਖਾਲੀ ਸੀਗੀਆਂ, ਉਹਨੇ ਕਦੇ ਕਿਸੇ ਹੀ ਨਹੀਂ ਖਜ਼ਾਨਾ ਭਰਿਆ ਹੋਇਆ, ਖਜ਼ਾਨਾ ਖਾਲੀ ਹੈ। ਜਿਹੜਾ ਆਉਂਦਾ ਸੀ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਮੈਂ ਕਿਹਾ ਜਿਹੜਾ ਹੈ ਹੀ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ? ਉਹਨੂੰ ਪੀਪਾ ਕਹੋ, ਖਾਲੀ ਨੂੰ ਖਜ਼ਾਨਾ ਕਿਵੇਂ ਕਹਿ ਦੇਣਗੇ ਫਿਰ? ਸੋ ਇਸ ਕਰਕੇ ਜੇ ਤੁਹਾਨੂੰ ਲੱਗਦਾ, ਦੇਖੋ ਇਹ ਕੀ ਕਰਦੇ ਆ, ਇਹ ਬੀਜੇਪੀ ਵਾਲੇ ਖਾਸ ਤੌਰ ਖੋਹਦੇ ਆ, ਵੀ ਇਹਨੂੰ ਇਹਦੇ MLA ਤੋੜ ਲਓ, ਇਹਦੇ MP ਤੋੜ ਲਓ, ਇਹਨੂੰ ਪੈਸੇ ਦੇ ਦਿਓ, ਲਾਲਚ ਦੇ ਦਿਓ। ਆ ਚੰਡੀਗੜ੍ਹ ਕੀ ਹੋਇਆ ਦੇਖਿਆ ਤੁਸੀਂ? ਚੰਡੀਗੜ੍ਹ ਦੇ ਮੇਅਰ ਦੀਆਂ ਵੋਟਾਂ ਕਿੰਨੀਆਂ ਗਿਣੀਆਂ ਸੀ ਦੇਖੀਆਂ? 36 ਵੋਟਾਂ ਗਿਣੀਆਂ, 36 ਤੇ ਵੋਟਾਂ ਕਿਵੇਂ ਗਿਣ ਰਿਹਾ ਸੀ ਉਹ? ਜਿਹੜਾ ਇਹਨਾਂ ਦਾ ਅਫਸਰ ਸੀਗਾ, ਇਹਨਾਂ ਦਾ ਅਫਸਰ ਕਹਿੰਦਾ, ਇਹਨਾਂ ਦਾ ਵਰਕਰ ਹੀ ਸੀਗਾ ਬੀਜੇਪੀ ਦਾ, ਆਲੇ ਵਾਲੇ ਕੈਮਰੇ ਲੱਗੇ ਹੋਏ ਨੇ। ਉਹ ਫਿਰ ਐਂ ਹੁੰਦਾ ਨਾ, 100 ਦਿਨ ਚੋੜਦਾ, 1 ਦਿਨ ਸਾਧਦਾ, ਕਿਤੇ ਉਹ ਦਿਨ ਸਾਧਦਾ ਸੀ ਕਿਤੇ ਕੁਦਰਤੀ। ਐਂ ਵੋਟਾਂ ਐਂ ਕਰਕੇ ਖਰਾਬ, ਵੋਟ ਤੇ ਨਾ ਕਾਟਾ ਮਾਰ ਕੇ ਖਰਾਬ ਕਰਕੇ, ਨਾਲੇ ਐਂ ਦੇਖਦੇ ਸੀ ਕੈਮਰਾ ਤਾਂ ਚੱਲਦਾ, ਇੰਨਾ ਵਧੀਆ ਵੀ ਐਕਟਰ ਹੈ ਨਹੀਂ ਸੀ ਉਹ ਤੋਂ ਗੱਲ ਬਣੀ ਨਹੀਂ। ਐਂ ਕਰਕੇ ਉਹ 36 ਵੋਟਾਂ ਚੋਂ 8 ਵੋਟਾਂ ਕੈਂਸਲ ਕਰਤੀਆਂ, 8 ਦੀਆਂ 8 ਆਮ ਆਦਮੀ ਪਾਰਟੀ ਦੀਆਂ। ਜੋ 8 ਪੈਂਦੀਆਂ ਨੇ ਸਾਡਾ ਮੇਅਰ ਬਣਦਾ, ਅਸੀਂ ਸੁਪਰੀਮ ਕੋਰਟ ਚਲੇ ਗਏ, ਚੀਫ ਜਸਟਿਸ ਆਫ ਇੰਡੀਆ ਨੇ ਬੁਲਾਇਆ, ਕਹਿੰਦੇ ਆ ਜਾ, ਤੂੰ ਐਂ ਕਿਉਂ ਲਾਇਆ ਸੀ ਮੋਹਰਾ? ਕਹਿੰਦੇ ਜੀ ਉਹ ਖਰਾਬ ਸੀ ਪਹਿਲੀ ਤਾਂ ਲਾਈਆਂ ਸੀ ਮੈਂ ਉਹਨਾਂ 'ਤੇ। ਕਹਿੰਦਾ ਲਿਆ ਕੱਢ ਕੇ ਦਿਖਾ, ਉਸੇ ਤੋਂ ਗਣਵਾਈਆਂ। ਕਹਿੰਦਾ ਦੇਖ ਕੀ ਖਰਾਬੀ ਆ 'ਚ, ਚੱਲ ਗਿਆ ਨੂੰ ਉੱਥੇ ਹੀ ਡਿਕਲੇਅਰ ਕੀਤਾ ਕਿ ਮੇਅਰ ਚੰਡੀਗੜ੍ਹ ਦਾ ਆਮ ਆਦਮੀ ਪਾਰਟੀ ਦਾ ਹੋਊਗਾ। ਐਂ ਉਹ ਯਾਰ ਤੁਸੀਂ ਜਿੱਤ ਲਓ ਵੋਟਾਂ ਰਾਹੀਂ, ਜਿੱਤ ਲਓ। ਕਦੋਂ ਅਸੀਂ ਫਤਵਾ, ਮੋਦੀ ਸਾਹਿਬ ਨੂੰ ਫਤਵਾ ਮਿਲਿਆ, ਸਿਰ ਮੱਥੇ ਆ ਜੀ, ਇਹ 'ਚ ਕਿਹੜੀ ਗੱਲ ਹੈ? ਲੋਕਾਂ ਦਾ ਫਤਵਾ ਹੈ, ਤੁਸੀਂ ਵੋਟਾਂ ਰਾਹੀਂ ਜਿੱਤ ਲਓ। ਆ ਗਿਣਤੀਆਂ ਮਿਣਤੀਆਂ ਰਾਹੀਂ ਤਾਂ ਨਾ ਜਿੱਤੋ ਨਾ, ਕਿ ਉਹਦੀਆਂ ਵੋਟਾਂ ਕੱਟ ਲਓ, ਇਹਦੀਆਂ ਗਿਣ ਲਓ, ਇਹਦੀਆਂ ਕਢਾ ਦਿਓ, ਇਹਦੀਆਂ ਹਟਾ ਦਿਓ, ਇਹਦੀਆਂ ਕੈਂਸਲ ਕਰ ਦਿਓ, ਇਹ ਤਾਂ ਗਲਤ ਹੋ ਗਿਆ ਨਾ। ਜੀਵਨ ਰੁੱਤ ਨੂੰ ਹੱਥੀ, ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ, ਸਾਹਾਂ ਦੇ ਦਾਣੇ ਚੱਬੋ, ਫੱਕੇ ਨਾ ਮਾਰੋ। ਗਰੀਬ ਦਾ ਬਾਲ ਖਿਡਾਉਣੇ ਵਹਿੰਦਾ, ਇਹ ਤਾਂ ਕੀ ਹੋਇਆ, ਆਪੇ ਤੁਰ ਜਾਵੇਗਾ। ਧੱਕੇ ਨਾ ਮਾਰੋ, ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ, ਘੱਟੋ ਘੱਟ ਦੁਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ। ਇਹ ਦੁਖੀਆਂ ਨਾਲ ਯੱਕੇ ਮਾਰਨ ਦੀਆਂ ਆਦਤਾਂ ਪੈ ਗਈਆਂ ਇਹਨਾਂ ਨੂੰ, ਪਰ ਕੋਈ ਗੱਲ ਨਹੀਂ, ਕਈ ਵਾਰੀ ਦੁਖੀ ਕੰਮ ਆਉਂਦੀ ਹੈ। ਉਹ ਜਿਵੇਂ ਕਹਿੰਦੇ ਆ ਨਾ ਕਿ 1 ਲੱਖ ਰੁਪਈਆ ਜਿਹੜਾ, ਉਹਦੇ ਬਾਰੇ ਕਿਹਾ ਕਿਸੇ ਨੇ, ਕਹਿੰਦਾ ਵੀ ਮੰਨਿਆ ਕਿ 1 ਰੁਪਈਆ 1 ਲੱਖ ਦੇ ਬਰਾਬਰ ਨਹੀਂ ਬਹਿੰਦਾ, ਮੰਨਿਆ ਕਿ 1 ਰੁਪਈਆ 1 ਲੱਖ ਦੇ ਬਰਾਬਰ ਨਹੀਂ ਬਹਿੰਦਾ, ਪਰ ਜਰਾ ਸੋਚ ਕੇ ਦੇਖੋ ਜੇ 1 ਲੱਖ ਚੋਂ ਰੁਪਈਆ ਕੱਢਦੀ ਉਹ ਵੀ 1 ਲੱਖ ਨਹੀਂ ਰਹਿੰਦਾ, ਉਹ ਵੀ 99,999 ਬਣ ਜਾਂਦਾ ਫਿਰ। ਇਸ ਕਰਕੇ ਰੁਪਈਏ ਦੀ ਵੀ ਵੈਲਿਊ ਹੈ, ਵੈਲਿਊ ਹੈ, ਹਰ ਬੰਦੇ ਦੀ ਵੈਲਿਊ ਹੈ। ਵੋਟਰ ਕਾਰਡ ਜਿਹੜਾ ਤੁਹਾਡੇ ਕੋਲ ਹੈਗਾ ਨਾ, ਸ਼ਹੀਦ ਆਜ਼ਮ ਭਗਤ ਸਿੰਘ, ਲਾਲਾ ਲਾਜਪਤ ਰਾਏ ਜੀ, ਮਦਨ ਲਾਲ ਢੀਂਗਰਾ ਹੋਰੀ, ਚੰਦਰ ਸ਼ੇਖਰ ਆਜ਼ਾਦ ਹੋਇਆਂ ਦੇ ਖੂਨ ਨਾਲ ਲਿਖਿਆ ਹੋਇਆ, ਉਹਨਾਂ ਨੇ ਲੈ ਕੇ ਦਿੱਤਾ ਵੋਟਰ ਕਾਰਡ ਆਪਾਂ ਨੂੰ। ਐਵੇਂ ਨਾ ਫੜਾ ਲਿਆ ਕਰੋ ਇੱਧਰ ਉੱਧਰ, ਉਹਦੀ ਕੀਮਤ ਸਮਝਿਓ। ਚੰਗੇ ਬੰਦਿਆਂ ਨੂੰ ਚੁਣੋ ਤਾਂ ਤੁਹਾਨੂੰ ਪੈਸੇ ਲੈ ਕੇ ਵੋਟ ਪਾਉਣੀ, ਇੱਕ ਵਾਰੀ ਪੈਸੇ ਲੈ ਲੈਣਗੇ, ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦ ਲੂ 5 ਸਾਲ ਤੁਹਾਨੂੰ ਵੇਚੂ। ਆ ਹੁਣ ਤੁਸੀਂ ਬਿਜਲੀ ਦੇ ਬਿੱਲ ਨੇ ਜਿਹੜਾ 5,000 ਆਉਂ ਸੀ ਕਿ 7,000 ਆਉਂ ਸੀ, ਦੇਖਿਆ ਫਿਰ 90% ਘਰਾਂ ਨੂੰ ਬਿਜਲੀ ਫ੍ਰੀ ਆਉਂਦੀ ਹੈ ਨਾ, ਉਹੀ ਤਾਰਾਂ ਨੇ, ਉਹੀ ਪਲੱਗ ਨੇ, ਉਹੀ ਜੈਂਪਰ ਨੇ, ਉਹੀ ਟ੍ਰਾਂਸਫਾਰਮਰ, ਹੁਣ ਕਿਵੇਂ ਆਉਂਦੀ ਹੈ?
ਆਉਂਦੀ ਹੈ ਬਿਜਲੀ ਫ੍ਰੀ, ਸਾਨੂੰ ਕਰਨੀ ਆਉਂਦੀ ਹੈ, ਦਿੱਲੀ 'ਚ ਕੀਤੀ ਹੈ, ਨੀਅਤ ਸਾਫ਼ ਹੈ, ਅਸੀਂ ਬਿਜਲੀ ਵਾਲਿਆਂ ਤੋਂ ਪੈਸੇ ਨਹੀਂ ਖਾਂਦੇ ਕੰਪਨੀਆਂ ਵਾਲਿਆਂ ਤੋਂ, ਅਸੀਂ ਆਪਦੀ ਕੋਲੇ ਦੀ ਖੰਡ ਚਲਾ ਲਈ ਝਾਰਖੰਡ ਵਾਲੀ ਪੰਜਾਬ ਦੀ, 2015 ਤੋਂ ਬੰਦ ਪਈ ਸੀ, 2022 ਚ ਆ ਕੇ ਚਲਾਈ ਹੈ। ਪਛਵਾੜਾ ਕੋਲ ਮਾਈਨ ਹੈ, ਪਛਵਾੜਾ 'ਚ ਉੱਥੇ ਇੱਕ ਸ਼ਹਿਰ ਹੈ, ਉੱਥੇ ਕੋਲਾ ਨਿਕਲਦਾ, ਉੱਥੇ ਪੰਜਾਬ ਦੀ ਕੋਲੇ ਦੀ ਖਾਨ ਹੈ। ਪਹਿਲਾਂ ਬੰਦ ਕਰ ਰੱਖੀ ਸੀ ਕਿਉਂਕਿ ਪ੍ਰਾਈਵੇਟ ਤੋਂ ਲੈਂਦੇ ਸੀ, ਪੈਸੇ ਲੈਂਦੇ ਸੀ, ਅਸੀਂ ਆਪਦੀ ਖੰਡ ਚਲਾ ਲਈ, ਤਾਂ ਉਹ ਥਰਮਲ ਪਲਾਂਟ ਖਰੀਦਿਆ ਆਪਾਂ। ਗੋਇੰਦਵਾਲ ਸਾਹਿਬ ਵਾਲਾ ਜੀ ਦਾ ਨਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ 'ਤੇ ਰੱਖਿਆ, ਸ੍ਰੀ ਗੁਰੂ ਅਮਰਦਾਸ ਜੀ ਦੀ ਜ਼ਿੰਦਗੀ ਸੁਲਤਾਨਪੁਰ ਆਪਣਾ ਗੋਇੰਦਵਾਲ ਸਾਹਿਬ ਬੀਤੀ ਹੈ, ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਸੀ, ਲੰਗਰ ਪ੍ਰਥਾ ਸ਼ੁਰੂ ਕੀਤੀ ਸੀ। ਸੋ ਉੱਥੇ ਆਪਾਂ ਜਿਹੜਾ ਕੋਲਾ ਆਪਣੇ ਕੋਲ ਆਮ ਹੈ, ਅਤੇ ਹੁਣ ਬਿਜਲੀ ਇੰਡਸਟਰੀ ਵਾਲੀ ਬਿਜਲੀ ਵੀ ਹੁਣ ਸਸਤੀ ਹੋਊਗੀ, ਕਿਉਂਕਿ ਘਰਾਂ ਵਾਲੀ ਤਾਂ ਹੋਊਗੀ ਨਾ, ਹੁਣ ਇੰਡਸਟਰੀ ਵਾਲੀ ਵੀ ਸਸਤੀ ਕਰਾਂਗੇ ਅਸੀਂ। ਜੇ ਇੰਡਸਟਰੀ ਵਾਲੀ ਸਸਤੀ ਕਰਤੀ, ਸਾਰਾ ਬੱਦੀ, ਸਾਰਾ ਮੱਧ ਪ੍ਰਦੇਸ਼ ਇੱਥੇ ਆਜੂਗਾ, ਇੱਥੇ ਫੈਕਟਰੀਆਂ ਲੱਗਣਗੀਆਂ, ਸਾਡੇ ਧੀਆਂ ਪੁੱਤਾਂ ਨੂੰ ਕੰਮ ਮਿਲੂਗਾ, ਪੁਲਿਸ 'ਚ ਭਰਤੀਆਂ ਚੱਲ ਰਹੀਆਂ ਨੇ, ਖੇਡਾਂ ਵਾਲਿਆਂ ਨੂੰ ਪੈਸੇ ਮਿਲ ਰਹੇ ਨੇ। ਸੋ ਸਾਡੇ ਵੱਲੋਂ ਕੋਈ ਕਮੀ ਨਹੀਂ। ਜੇ ਤੁਹਾਨੂੰ ਲੱਗਦਾ ਕਿ ਯਾਰ ਆਪਣੇ ਵਰਗੇ ਨੇ, ਪਹਿਲਾਂ ਇੱਥੇ ਕਦੇ ਮੁੱਖ ਮੰਤਰੀ ਆਇਆ ਹੈ, ਕਦੇ ਇੱਥੇ ਆਇਆ ਹੋ? ਨਾ ਜੀ, ਨੇੜੇ ਤੇੜੇ ਜਿੱਥੇ ਜਾਂਦਾ ਮੈਂ, ਸਟੇਟ ਸੈਕਟਰੀ ਸਭ ਤੋਂ ਪਹਿਲਾਂ ਇਹ ਕਹਿੰਦਾ, ਪਹਿਲੀ ਵਾਰ ਹੋਇਆ ਜੀ ਕਿ ਮੁੱਖ ਮੰਤਰੀ ਆਏ ਨੇ। ਮੈਂ ਕਿਹਾ ਪਹਿਲਾਂ ਤਾਂ ਕਿਤੇ ਗਏ ਹੀ ਨਹੀਂ ਯਾਰ, ਉਹ ਕਿਤੇ ਨਹੀਂ ਜਾਂਦੇ ਸੀ। ਕਹਿੰਦੇ ਨਾ, ਪ੍ਰੋਟੋਕਾਲ ਹੈ, ਮੁੱਖ ਮੰਤਰੀ ਨਹੀਂ ਜਾਂਦਾ ਹੁੰਦਾ, ਕਿਉਂ ਨਹੀਂ ਜਾਂਦਾ ਹੁੰਦਾ? ਅਤੇ ਮੈਂ ਵੀ ਇਹ ਵੀ ਕਹਿਤਾ, ਮੈਂ ਕਿਹਾ ਵੀ ਹੁਣ ਘਰ ਘਰ ਜਾਇਆ ਕਰੋ, ਕੰਮ ਕਰਾਉਣ, ਜਦੋਂ ਅਸੀਂ ਵੋਟਾਂ ਮੰਗਣ ਆਉਂਦੇ ਹਾਂ ਉਹ ਤਾਂ ਘਰ ਘਰ ਆ ਜਾਂਦੇ ਅਸੀਂ ਡੋਰ ਟੂ ਡੋਰ, ਜੇ ਵੋਟਾਂ ਮੰਗ ਕੇ ਜਦੋਂ ਜਿੱਤ ਜਾਂਦੇ ਹਾਂ ਉਹ ਕਹਿੰਦੇ ਚੰਡੀਗੜ੍ਹ ਆ ਜਾਓ। ਚੰਡੀਗੜ੍ਹ ਜਾਣਾ ਸੌਖਾ ਜੀ, ਘੱਟੋ ਘੱਟ 5-7 ਹਜ਼ਾਰ ਦਾ ਖਰਚਾ ਹੈ, ਆਰਾਮ ਨਾਲ। ਫਿਰ ਉੱਥੇ ਗਾਂ 'ਚ ਦਫ਼ਤਰ 'ਚ ਕੋਈ ਕੰਮ ਨਾ ਹੋਵੇ ਅਗਲਾ ਗੇੜਾ, ਤਾਂ ਫਿਰ ਹੋਰ 5-7 ਹਜ਼ਾਰ ਹੋ ਗਿਆ, ਬਜਾਏ ਉਸਦੇ ਤੁਹਾਡੇ ਕੰਮ ਜਲੰਧਰ ਹੋਣ। ਅਸੀਂ ਬਿਜ਼ਨਸ ਦੇ ਇੰਡਸਟਰੀ ਨਾਲ ਸੰਬੰਧਿਤ ਜਿਹੜੇ ਕੰਮ ਨੇ ਜਾਂ ਇਨੋਸੀਆਂ ਨੇ, ਉਹਨਾਂ ਇੱਕ ਸੈਂਟਰ ਜਲੰਧਰ ਬਣਾਉਣ ਲੱਗੇ ਹਾਂ, ਤਾਂ ਕਿ ਅੰਮ੍ਰਿਤਸਰ ਵਾਲੇ ਵੀ ਇੱਥੇ ਆ ਜਾਣ, ਇੱਥੋਂ ਨਾਲ ਗੁਰਦਾਸਪੁਰ ਆ, ਜਲੰਧਰ ਤੋਂ ਕੰਮ ਕਰਾਓ, ਆਪਣੇ 10-20 ਕਿਲੋਮੀਟਰ ਜਲੰਧਰ, ਇੱਥੋਂ ਜਾਓ ਚੰਡੀਗੜ੍ਹ, ਚੰਡੀਗੜ੍ਹੋਂ ਆਓ, ਜੇ ਗੇੜਾ ਦੁਆਰੇ ਵੱਜ ਗਿਆ ਪਤਾ ਨਹੀਂ ਉੱਥੇ ਰਹਿਣਾ ਪਊਤੀ, ਪਤਾ ਨਹੀਂ ਕਿੱਥੇ ਕਿੰਨਾ ਖਰਚਾ ਹੋਊਗਾ, ਕਿਉਂ ਹੋਊਗਾ ਬਈ? ਵਪਾਰੀ ਹੈ, ਵਪਾਰੀ ਜਿਹੜਾ ਆਪਦਾ ਕੰਮ ਕਰਦਾ, ਸਰਕਾਰ ਨੂੰ ਟੈਕਸ ਦਿੰਦਾ, ਰੁਜ਼ਗਾਰ ਦਿੰਦਾ, ਤੁਸੀਂ ਕਿਉਂ ਉਹਨੂੰ ਚੋਰ ਕਿਉਂ ਸਮਝਦੇ ਉਹਨੂੰ? ਸੋ ਅਸੀਂ ਤੁਹਾਡੇ ਸਾਰੇ ਵਰਗਾਂ ਦੀ ਅਸੀਂ ਕਦਰ ਕਰਾਂਗੇ, ਅਤੇ ਸਹੂਲਤਾਂ ਬਰਾਬਰ ਦੀਆਂ ਮਿਲਣਗੀਆਂ। ਜੇ ਮਜ਼ਦੂਰ ਤਰੱਕੀ ਕਰੂਗਾ, ਕਿਸਾਨ ਤਰੱਕੀ ਕਰੂਗਾ, ਦੁਕਾਨਦਾਰ ਤਰੱਕੀ ਕਰੂਗਾ, ਛੋਟਾ ਵਪਾਰੀ ਤਰੱਕੀ ਕਰੂਗਾ, ਵੱਡਾ ਵਪਾਰੀ ਤਰੱਕੀ ਕਰੂਗਾ, ਸਾਈਕਲ ਹੈ ਸਾਰਾ ਇੱਕ, ਤਾਂ ਸਾਰਾ ਸਮਾਜ ਤਰੱਕੀ ਕਰੂਗਾ। ਔਰ ਜਦੋਂ ਤਰੱਕੀ ਹੋਊਗੀ, ਪੰਜਾਬ ਨੰਬਰ 1 ਸੂਬਾ ਬਣੂਗਾ, ਔਰ ਜਦੋਂ ਪੰਜਾਬ ਨੰਬਰ ਸੂਬਾ ਬਣੂਗਾ ਨਾ, ਉਦੋਂ ਫਿਰ ਦੇਸ਼ ਨੰਬਰ 1 ਬਣੂਗਾ ਦੁਨੀਆ 'ਚ, ਪੰਜਾਬ ਤੋਂ ਬਿਨਾਂ ਨਹੀਂ ਬਣ ਸਕਦਾ। ਸੋ ਸਾਨੂੰ ਪੰਜਾਬ ਵਾਲਿਆਂ ਨੂੰ, ਸਾਨੂੰ ਉਹ ਸਾਡੇ ਮਾਲਵੇ 'ਚ ਕਹਿੰਦੇ ਬੀਂਡੀ ਵਾਲਾ, ਜਿਹੜਾ ਰੱਸਾ ਕੱਸ਼ੀ ਦਾ ਮੈਚ ਹੁੰਦਾ ਨਾ, ਜਿਹੜਾ ਸਭ ਤੋਂ ਮੂਹਰੇ ਲੱਗਿਆ ਹੁੰਦਾ, ਜਿਹਦੇ ਲੱਕ 'ਤੇ ਬੰਨਿਆ ਹੁੰਦਾ, ਉਹਨੂੰ ਬੀਂਡੀ ਵਾਲਾ ਕਹਿੰਦੇ ਨੇ। ਪੰਜਾਬ ਮੂਹਰੇ ਲੱਗਣ ਵਾਲਾ, ਚਾਹੇ ਆਜ਼ਾਦੀ ਦੀ ਲੜਾਈ ਹੋਵੇ, ਚਾਹੇ ਹਰੀ ਕ੍ਰਾਂਤੀ ਹੋਵੇ, ਚਾਹੇ ਜਿਹੜੀ ਮਰਜ਼ੀ ਕੋਈ ਨਵੀਂ ਕ੍ਰਾਂਤੀ ਹੋਵੇ, ਪੰਜਾਬ ਸਭ ਤੋਂ ਪਹਿਲਾਂ ਮੂਹਰੇ ਲੱਗਦਾ। ਸੋ ਆਪਾਂ ਪੰਜਾਬ ਦੀ ਗਰਦਨ ਝੁਕਣ ਨਹੀਂ ਦੇਣੀ। ਇਹਨਾਂ ਦੇ ਆਹ ਜਿਹੜੇ ਫਿਰਦੇ ਨੇ ਨਾਲ ਤਾਂ ਹਾਰੇ ਹੋਏ ਨੇ, 2-3 ਤਾਂ ਸਿੱਧੂ ਮਜੀਠੀਆ ਇਹ ਤਾਂ ਹਾਰੇ ਹੋਏ ਨੇ, ਹੈ ਨਾ, ਅਤੇ ਸੁਖਵੀਰ ਬਾਦਲ ਹੋਰਾਂ ਨੂੰ ਇਹ ਨਹੀਂ ਪਤਾ ਜਿੱਤੇ ਕਿੱਥੋਂ ਹੋਏ ਹਾਂ, ਹੈ ਨਾ, ਅਤੇ ਇਹ ਤਾਂ ਭੁੱਲੇ ਫਿਰ ਤਾਂ, ਮਤਲਬ ਤੁਸੀਂ ਇਹ ਦੇਖ ਲਓ ਵੀ ਕਮਲੇ ਹੀ ਹੋਏ ਫਿਰਦੇ ਨੇ, ਕੰਧਾਂ 'ਚ ਵੱਜਦੇ ਫਿਰਦੇ ਨੇ, ਹਜੇ ਤਾਂ 2 ਸਾਲ ਹੀ ਹੋਏ ਨੇ, ਜਿੱਥੇ 4th ਸਾਲ ਲੱਗ ਗਿਆ ਤਾਂ ਸੜਕਾਂ 'ਤੇ ਆ ਕੇ ਲੋਕਾਂ ਦੇ ਡਲੇ ਮਾਰਨ ਲੱਗ ਜਾਣਗੇ, ਤਾਂ ਇੰਨਾ ਹਾਲਤ ਖਰਾਬ ਹੈ ਇਹਨਾਂ ਦੀ। ਸੋ ਇਸ ਕਰਕੇ ਮੈਂ ਤਾਂ ਇਹ ਕਹਿਣਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ, ਬਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ।
ਸੋ ਪੰਜਾਬ ਦੀ ਗਰਦਨ ਕਦੇ ਝੁਕਣ ਨਹੀਂ ਦੇਣੀ, ਪੰਜਾਬ ਦੀ ਗਰਦਨ ਉੱਚੀ ਰੱਖਣੀ ਹੈ। ਜੇ ਤੁਹਾਨੂੰ ਲੱਗਦਾ ਸਾਡੇ ਵਰਗੇ ਨੇ, ਸਾਡੇ ਜਵਾਕ ਨੇ, ਸਾਡੇ ਧੀਆਂ ਪੁੱਤ ਨੇ ਤੇ ਸਾਡੇ ਹੱਕ ਦੀਆਂ ਗੱਲਾਂ ਕਰਦੇ ਨੇ, ਤਾਂ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ, ਇਨਕਲਾਬ ਸੋਨਿਹਾਲ। ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ। ਜਿਉਂਦੇ ਵਸਦੇ ਰਹੋ, ਘਰਾਂ 'ਚ ਤਰੱਕੀਆਂ ਦੇ ਦੀਵੇ ਬਲਦੇ ਰਹਿਣ। ਬਹੁਤ ਬਹੁਤ ਪਿਆਰ ਤੁਹਾਨੂੰ, ਬਹੁਤ ਬਹੁਤ ਸਤਿਕਾਰ, ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।